कचहरियां च मेरिया सारिया उम्मीदा ते पानी फिर गया जब शमशेर की जमानत हो गई। मेरे सामने गुरबचन ते उहदा छोटा मुंडा उहदियां हथकड़ियां खलवा के उहनूं बाहर लै गए। यार मरनी हो गया साडा तां सरदार साहब, तुसीं तां इउं यकीन दबाया सी जिवें शमशेर चार पंज साल वास्ते अंदर गया। समझो अंदर ਉਹ ਰਾਣਿਆ, ਹੁਣ ਤਾਂ ਮੈਨੂੰ ਅੰਦਰ ਬੈਠਣਾ ਪੈਣਾ। ਮੈਂ ਆਪਣੇ ਦਫ਼ਤਰ ਤੋਂ ਬਾਹਰ ਕਿਵੇਂ ਨਿਕਲੂ ਯਾਰ? ਮੈਂ ਆਪਣੇ ਘਰ ਤੋਂ ਬਾਹਰ ਕਿਵੇਂ ਨਿਕਲੂ? ਚੁੱਪ ਯਾਰ, ਤੁਸੀਂ ਤਾਂ ਐਂ ਕਰਦੇ ਹੋ ਜਿਵੇਂ ਉਹ ਕੇਸ 'ਚੋਂ ਬਰੀ ਹੋ ਗਿਆ ਹੁੰਦਾ ਹੈ। ਉਹ ਮਹਾਰਾਜ, ਜੇ ਤੁਹਾਡੀਆਂ ਕਾਨੂੰਨੀ ਕੁੰਡੀਆਂ ਐਂ ਉਹ ਕਮਜ਼ੋਰ ਰਹੀਆਂ ਨਾ ਤਾਂ ਉਹਨੇ ਬਰੀ ਵੀ ਹੋ ਜਾਣਾ। ਆਖੇ ਮੇਰੇ ਨੇੜੇ ਹੋਏ ਨਹੀਂ ਕਿਲਿਓ ਖੁੱਲਦੇ। ਨਾਲੇ ਤੁਹਾਡੇ ਕਹੇ ਤੋਂ ਯਾਰ ਮੈਂ ਸ਼ਰੀਫ ਬੰਦੇ ਦੇ ਟਰੱਕ 'ਚ ਫੀਮ ਰੱਖੀ ਸੀ। ਅੱਛਾ, ਤੈਨੂੰ ਉਹ ਇੰਨੀ ਛੇਤੀ ਸ਼ਰੀਫ ਨਜ਼ਰ ਆਉਣ ਲੱਗ ਪਿਆ? ਸਾਲਿਆ ਮੈਂ ਗੁੰਡਾ? ਤੇਰੀ ਸ਼ਰਾਫਤ ਦਾ ਢੋਲ ਸਾਰੇ ਡਿਪਾਰਟਮੈਂਟ 'ਚ ਵੱਜਦਾ। ਉਹ ਤੇਰੇ ਵੰਨੀ ਦੋਸਤੀ ਦਾ ਹੱਥ ਤਾਂ ਵਧਾਇਆ ਸੀ ਵੀ ਕਦੇ ਰਾਹ 'ਚੋਂ ਕੋਈ ਰੋੜਾ ਰੋੜਾ ਕੱਢਣਾ ਪੈਂਦਾ ਯਾਰ, ਹੋਰ ਕੀ। ਸੱਜਣਾ ਯਾਰ, ਮਿਆਂਕੀ ਕੋ ਜਾਣਾ ਹੈ? ਸਾਲੀ ਜਮਾਨ ਤੇ ਹੋਈ ਹੈ। ਓਏ ਤੂੰ ਤਾਂ ਕਹਿੰਦਾ ਸੀ ਐਸੇ ਬਿਆਨ ਲਊਂ ਵੀ ਪੱਕਾ ਹੀ ਮਰ ਦੂੰ ਉਹਨੂੰ। ਕੀ ਬਿਆਨ ਲਏ ਉਹਦੇ ਥਾਣੇ 'ਚ? ਉਹ ਗੁਰਬਚਨ ਦਾ ਰੋਜ਼ ਹੀ ਚੱਕਰ ਰਹਿੰਦਾ ਸੀ ਉੱਥੇ। ਉਹ ਤਾਂ ਘਰ ਦੀ ਤਰਕਾਰੀ ਫੁਲਕਾ ਖਵਾ ਕੇ ਜਾਂਦਾ ਰਿਹਾ, ਵਕੀਲ ਵੀ ਉਹਨੇ ਹੀ ਕੀਤਾ ਸੀ। ਸਰਦਾਰ ਜੀ ਡਰ ਗਏ ਲੱਗਦੇ। ਇੱਥੋਂ ਤਾਂ ਉਹਦਾ ਹੱਥ ਹੌਲਾ ਵੀ ਨਹੀਂ ਹੋਇਆ। ਉਹ ਕੋਈ ਲੰਡੀ ਬੁੱਚੀ ਬੰਦਾ ਨਹੀਂ, ਪ੍ਰਧਾਨ ਹੈ, ਯੂਨੀਅਨ ਦਾ ਪ੍ਰਧਾਨ। ਰੱਜੇ ਪੁੱਜੇ ਬੰਦੇ ਨੂੰ ਹੱਥ ਪਾਉਣਾ ਪਤਾ ਕਿੰਨਾ ਔਖਾ ਹੈ। ਨਾਲੇ ਮੀਡੀਆ ਵਾਲੇ ਥਾਂ ਥਾਂ ਕੈਮਰੇ ਚੱਕੀ ਫਿਰਦੇ ਨੇ। ਤੁਸੀਂ ਤਾਂ ਸੋਚਦੇ ਹੋ ਕਿ ਡੰਡੇ ਦੇ ਜ਼ੋਰ ਨਾਲ ਕਿਸੇ ਦੇ ਵੀ ਬਿਆਨ ਲਏ ਜਾ ਸਕਦੇ ਨੇ ਤੇ ਜੁੱਤੀਆਂ ਮਾਰੀਆਂ ਜਾ ਸਕਦੀਆਂ ਨੇ। ਬਸ ਠੋਕੀਆਂ ਫੜਾ ਹੀ ਮਾਰੀਆਂ ਜਾ ਸਕਦੀਆਂ ਨੇ। ਤੂੰ ਐਂ ਦੱਸ ਬਾਈ, ਠੋਕੇ ਪੜਾਕੇ ਹੀ ਮਾਰਦਾ ਸੀ ਕਿ ਕੋਈ ਪੈਂਤਰਾ ਹੈ ਹਾਲੇ ਵੀ ਤੇਰੇ ਕੋਲ? ਸਰਦਾਰਾ, ਪੈਂਤੜਾ ਤਾਂ ਮੇਰਾ ਪਹਿਲਾਂ ਵੀ ਮਾੜਾ ਨਹੀਂ ਸੀ, ਬੰਦਿਆਂ ਦੇ ਠੋਕ ਕੇ ਬਿਆਨ ਲਏ ਸੀ। ਵੀਕਰ ਤੇ ਧੀਰਾ ਇੱਥੋਂ ਮੇਰੇ ਡੰਡੇ ਤੇ ਇੰਨੇ ਡਰੇ ਹੋਏ ਸੀ ਕਿ ਲੱਗਦਾ ਹੀ ਨਹੀਂ ਸੀ ਕਚਹਿਰੀ ਜਾ ਕੇ ਉਹ ਮੁੱਕਰ ਜਾਣਗੇ। ਉਹਨਾਂ ਦੇ ਵਕੀਲ ਨੇ ਪਤਾ ਨਹੀਂ ਉਹਨਾਂ ਨੂੰ ਕਿਵੇਂ ਰਾਜ਼ੀ ਕਰ ਲਿਆ। ਉਹ ਤਾਂ ਮੇਰੇ ਤੇ ਟੌਰਚਰ ਦਾ ਕੇਸ ਪਾਉਣ ਨੂੰ ਫਿਰਦੇ ਸੀ। ਆਖੇ ਬੰਦਿਆਂ ਦੀ ਡਾਕਟਰੀ ਕਰਵਾਉਣੀ ਹੈ। ਤੁਹਾਡੇ ਤੇ ਕੇਸ, ਐਡੇ ਵੱਡੇ ਅਫਸਰ ਤੇ, ਦੇਖਿਓ ਕਿਤੇ ਸਾਨਾ ਦੇ ਭੇਡ 'ਚ ਮੈਨੂੰ ਗਰੀਬ ਨੂੰ ਨਾ ਰਗੜ ਦਿਓ। ਓਏ ਤੂੰ ਨਾ ਮੋਕ ਮਾਰੀ ਜਾ, ਤੈਨੂੰ ਕੁਛ ਨਹੀਂ ਹੁੰਦਾ। ਸ਼ਤਰੰਜ ਦੀ ਖੇਡ 'ਚ ਮੈਂ ਆਪਣੀਆਂ ਨਰਦਾਂ ਬਚਾ ਕੇ ਰੱਖਦਾ। ਸਰਦਾਰ ਸਾਹਿਬ, ਤੁਹਾਡੇ ਉਸ ਸਰਕਾਰੀ ਵਕੀਲ ਦਾ ਕੀ ਹੋਇਆ? ਪੋਟੀ ਹੋਈ ਟਿਊਬ ਵਰਗਾ ਮੂੰਹ ਕਰਕੇ ਖੜਾ ਸੀ ਜੱਜ ਦੇ ਮੂਹਰੇ। ਕੀ ਕਰਾਂ ਬਾਈ, ਕਿਸਮਤ ਹੀ ਮਾੜੀ ਕਹਿ ਲਈ। ਜਿਹੜੇ ਵਕੀਲ ਨਾਲ ਮੇਰੀ ਸੈਟਿੰਗ ਸੀ ਉਹ ਚਲਾ ਗਿਆ ਛੁੱਟੀ 'ਤੇ, ਇਹਨਾਂ ਦੇ ਵਕੀਲ ਨੇ ਦੇਰ ਛੇਤੀ ਪਵਾ ਲਈ। ਦੱਸ ਮੈਂ ਕੀ ਕਰਾਂ? ਤੂੰ ਕੁਛ ਕਰਨ ਜੋਗਾ ਨਹੀਂ ਰਿਹਾ, ਤੂੰ ਸਿਰਫ ਲਿਫਾਫੇ ਲੈਣੇ ਜਾਣਦਾ। ਤੈਨੂੰ ਪਤਾ ਇੱਕ ਲਿਫਾਫੇ 'ਚ ਕਿੰਨੇ 500-500 ਦੇ ਨੋਟ ਹੁੰਦੇ ਨੇ? ਉਹ ਯਾਰ ਮੈਂ ਤਾਂ ਲਿਫਾਫੇ ਦੀਆਂ ਗਿਣਤੀਆਂ ਗਿਣਦੇ ਭੁੱਲ ਗਿਆ ਯਾਰ। ਸਰਦਾਰਾ ਮੈਨੂੰ ਬਾਰ ਬਾਰ ਨਾ ਸੁਣਾ, ਮੈਂ ਬੀਕਰ ਤੇ ਧੀਰੇ ਦੇ ਹੱਡ ਪੱਲੇ ਨਹੀਂ ਪੰਨੇ। ਜਦੋਂ ਉਹ ਬੀਕਾਨੇਰ ਤੋਂ ਛੁੱਟ ਗਿਆ ਮੈਂ ਉਹਨਾਂ ਦੇ ਬਿਆਨ ਦਰਜ ਕੀਤੇ ਨਹੀਂ ਕੀਤੇ। ਨਾ ਘਰ ਤਾਂ ਸ਼ਮਸ਼ੇਰ ਨੂੰ ਵੀ ਜਵਾਈ ਦੇ ਸੱਥਰ ਤੇ ਬੈਠੇ ਨੂੰ ਹੱਥਕੜੀਆਂ ਲਾਈਆਂ, ਐਂ ਤਾਂ ਪੂਰੀ ਵਾਹ ਲਾਈ ਹੈ। ਲਾਈ ਹੈ ਨਾ? ਹਾਂ। ਤੇਰਾ ਬਾਈ ਇਹ ਚਾਹੁੰਦਾ ਹੈ ਕਿ ਮੈਂ ਸ਼ਮਸ਼ੇਰ ਨੂੰ ਕਚਹਿਰੀ ਵਿੱਚ ਗੋਲੀ ਮਾਰ ਦਿਆਂ। ਮੂਰਖਾ ਯਾਰ ਮੈਂ, ਮੇਰਾ ਕਾਲਜਾ ਫੁੱਕ ਰਿਹਾ, ਇੱਥੇ ਠੰਡਕ ਪਾਓ, ਕੋਈ ਤਰਕੀਬ ਦੱਸੋ। ਤੂੰ ਉਹਨਾਂ ਨੂੰ ਕਚਹਿਰੀਆਂ ਦੇ ਚੱਕਰ ਲਾਉਣ ਦੇ, ਆਪਾਂ ਕੋਈ ਨਵੇਂ ਚੱਕਰ ਬਾਰੇ ਸੋਚ। ਸਰਦਾਰ ਸਾਹਿਬ, ਮੈਂ ਯੂਨੀਅਨ ਦਾ ਪ੍ਰਧਾਨ ਬਣਨਾ ਚਾਹੁੰਦਾ। ਪ੍ਰਧਾਨ ਕਹਦੇ ਵਾਸਤੇ ਮੈਨੂੰ ਜੋ ਵੀ ਕੁਛ ਕਰਨਾ ਪਏ ਕਰੂੰਗਾ।